ਉਹ ਯਾਰ ਮੈਂ ਤੈਨੂੰ ਕੀ ਆਖਿਆ, ਭਾਵੇਂ ਕੋਈ ਫੋਨ ਕਰੀ ਜਾਵੇ ਆਪਾਂ ਨਹੀਂ ਛੱਡਣਾ, ਬਹੁਤ ਲਹੂ ਪੀਤਾ ਸੀ ਇਹਨੇ ਮੇਰਾ, ਮੈਂ ਇਹਨੂੰ ਦੱਸਦਾ ਆ ਕੇ ਕਿਹੜੀ ਇੱਥੇ ਧਾਰ ਲਾਉਣੀ ਅਤੇ ਕਿਹੜੀ ਨਹੀਂ। ਮੇਰੇ ਰਿਸ਼ਤੇਦਾਰ ਆਏ ਆ, ਆਉਣਾ ਮੈਂ ਅੱਧੇ ਘੰਟੇ ਤੱਕ, ਫੜ ਕੇ ਰੱਖੋ ਇਹਨੂੰ, ਆਇਆ ਮੈਂ। ਸਤਿ ਸ਼੍ਰੀ ਅਕਾਲ ਭਾਅ ਜੀ। ਉਹ ਸਤਿ ਸ਼੍ਰੀ ਅਕਾਲ ਬੱਲੇ ਗੋਪੀ, ਕਿਵੇਂ ਆ? ਵਧੀਆ ਭਾਅ ਜੀ, ਵਧੀਆ। ਕੀ ਹਾਲ ਆ? ਵਧੀਆ ਵਧੀਆ। ਹੋਰ ਸੁਣਾਓ? ਬਸ ਵਧੀਆ ਵਧੀਆ ਜੀ। 20 ਸਾਲ ਹੋ ਗਏ ਤੁਹਾਨੂੰ ਪੁਲਿਸ ਦੀ ਜੌਬ ਕਰਦੇ ਆ, ਇੰਨੀ ਸਖਤ ਡਿਊਟੀ ਆ ਤੁਹਾਡੀ, ਫਿਰ ਵੀ ਪੂਰੇ ਫਿੱਟ ਤੇ ਐਨ ਸਮਾਰਟ। ਤੁਹਾਡੇ ਦਾੜੀ ਦੇ ਵੀ ਤੇ ਤੁਹਾਡੇ ਸਿਰ ਦੇ ਵਾਲ ਵੀ ਜੇ ਕਾਲੇ ਆ, ਆ ਤੁਹਾਨੂੰ ਅਸੀਂ ਕਿਤੇ ਛੋਟਿਆਂ ਦੇ ਚਿੱਟੀ ਹੋ ਗਈ ਸਾਡੀ। ਤੇ ਮੇਰੀ ਤਾਂ ਭਾਅ ਜੀ ਦਾੜੀ ਜਮਾਂ ਹੀ ਚਿੱਟੀ ਆ, ਵਾਲ ਵੀ ਚਿੱਟੇ ਆ। ਸਾਨੂੰ ਵੀ ਦਿਓ ਕੋਈ ਨੁਸਖਾ। ਉਹ ਯਾਰ ਗੱਲ ਸੁਣੋ, ਨੁਸਖਾ ਤਾਂ ਮੈਂ ਤੁਹਾਨੂੰ ਦੇ ਦਿਆਂ, ਪਰ ਤੁਹਾਡੇ ਤੋਂ ਇੰਨੀ ਮਿਹਨਤ ਹੋਣੀ ਨਹੀਂ। ਨਹੀਂ ਭਾਅ ਜੀ, ਕੋਸ਼ਿਸ਼ ਫੁੱਲ ਕਰਾਂਗੇ ਅਸੀਂ। ਸਿਆਣੇ ਕਹਿੰਦੇ ਮਰਦ ਤੇ ਘੋੜਾ, ਖੁਰਾਕ ਚੰਗੀ ਚਾਰੋ ਨਾ ਕਦੇ ਬੁੱਢਾ ਨਹੀਂ ਹੁੰਦਾ। ਸਵੇਰੇ 5 ਵਜੇ ਉੱਠਣਾ ਜੀ, 2 ਗਲਾਸ ਕੋਸੇ ਪਾਣੀ ਦੇ ਵਿੱਚ ਨਿੰਬੂ, ਅੱਧਾ ਕੁ ਨਿੰਬੂ ਪਾ ਲਓ ਤੇ ਥੋੜ੍ਹਾ ਸ਼ਹਿਦ ਪਾ ਲਓ ਜੀ, ਉਹ ਪੀਣਾ। ਚਾਹ ਨਹੀਂ ਮੋਹਰੇ ਪੀਣੀ, ਚਾਹ ਦਾ ਨਿਰਾ ਜ਼ਹਿਰ ਆ। ਚਾਹ ਦੀ ਥਾਂ ਤੇ 1 ਗਲਾਸ ਕੋਸਾ ਦੁੱਧ, ਮਿੱਠਾ ਨਹੀਂ ਪਾਉਣਾ, ਗੋੜਾ ਹੈਗਾ ਤੇ ਖਾ ਲਓ। ਠੀਕ ਹੈ। ਬ੍ਰੇਕਫਾਸਟ ਕਰਨਾ ਲਾਈਟ ਜਿਹਾ, ਬ੍ਰੈਡ ਆਮਲੇਟ ਕਰ ਲਓ ਜੇ ਤੁਸੀਂ ਮਤਲਬ ਬ੍ਰੈਡ ਆਮਲੇਟ ਆਂਡੇ ਨਹੀਂ ਖਾਂਦੇ। ਤੇ ਪਰੌਂਠਾ? ਪਰੌਂਠਾ ਤਾਂ ਗੁਰੂਆ ਬਿਲਕੁਲ ਨਹੀਂ ਖਾਣਾ, ਪਰੌਂਠਿਆਂ ਦੇ ਚੱਕਰ 'ਚ ਹੀ ਹੋਇਆ ਸਾਰਾ ਕੁਛ। ਠੀਕ, ਪਰ ਮੈਂ ਤਾਂ ਨੌਨ ਵੈਜ ਨਹੀਂ ਖਾਂਦਾ। ਯਾਰ ਤੁਸੀਂ ਪਨੀਰ ਲੈ ਲਓ, ਪਨੀਰ ਜਾਂ ਫਰੂਟ ਲੈ ਲਓ ਤੇ 1 ਗਲਾਸ ਜੂਸ ਦਾ ਜੀ। ਲੰਚ ਜਿਹੜਾ ਨਾ, ਮੇਨ ਗੱਲ ਲੰਚ 'ਤੇ ਖੜੀ ਹੈ। ਆਹ ਜਿਹੜਾ ਆ ਦੇਖੋ, ਆਹ ਸਾਰਾ ਕੁਛ ਇਹ ਮਾੜੇ ਲੰਚ ਦੀ ਨਿਸ਼ਾਨੀ ਹੈ। ਲੰਚ ਦੇ ਵਿੱਚ 2 ਸਬਜ਼ੀਆਂ, 1 ਦਹੀਂ, ਸਲਾਦ ਤਾਂ ਬਹੁਤ ਹੀ ਜ਼ਰੂਰੀ ਹੈ, ਹੋਰ ਨਹੀਂ ਤਾਂ ਗੰਢੇ ਟਮਾਟਰ ਚੀਰ ਲਓ। ਠੀਕ ਹੈ, ਪਰ ਸਲਾਦ ਜ਼ਰੂਰ ਖਾਣਾ। ਠੀਕ ਹੈ। ਅਤੇ 4:30-4 ਵਜੇ ਬਲੈਕ ਕੌਫੀ, ਜਿਹੜੀ ਉਹ ਫੈਟ ਨੂੰ ਖੋਰ ਦਿੰਦੀ ਹੈ, ਬਲੈਕ ਕੌਫੀ, ਕਾਲੀ ਕੌਫੀ, ਬਲੈਕ ਟੀ ਬਲੈਕ ਕਹਿੰਦੇ ਆ, ਨਹੀਂ ਬਲੈਕ ਕੌਫੀ, 2 ਕੁ ਉਹਦੇ ਵਿੱਚ ਤੁਸੀਂ ਬਿਸਕਿਟ ਖਾ ਸਕਦੇ ਹੋ। ਠੀਕ ਹੈ। ਅਤੇ ਲੰਚ ਤੋਂ ਬਾਅਦ ਤੁਸੀਂ ਆ ਗਏ ਡਿਨਰ 'ਤੇ, ਡਿਨਰ ਕਰਨਾ ਡਟ ਕੇ। ਓਕੇ। ਚਿਕਨ ਅੰਡੇ ਖਾ ਲੈਂਦੇ? ਹਾਂ ਹਾਂ, ਹਫ਼ਤੇ 'ਚ 2 ਜਾਂ 3 ਦਿਨ ਚਿਕਨ ਖਾਣਾ। ਪਰ ਮੈਂ ਤਾਂ ਨੌਨ ਵੈਜ ਖਾਂਦਾ ਨਹੀਂ। ਉਹ ਯਾਰ ਤੈਨੂੰ ਦੱਸਿਆ ਨਾ, ਪਨੀਰ ਖਾ ਯਾਰ, ਹਰੀ ਸਬਜ਼ੀਆਂ, ਹਰੀ ਸਬਜ਼ੀ, ਪੱਤੇਦਾਰ ਸਬਜ਼ੀਆਂ ਖਾਓ, ਉਹਦੇ ਨਾਲ ਤੁਹਾਡਾ ਸਾਰਾ ਕੰਮ ਫਿੱਟ ਹੋ ਜਾਊਗਾ। ਤੇ ਉਹਦੇ ਨਾਲ ਵੀਰ ਜੀ ਦਾੜੀ ਦੇ ਵਾਲ ਤੇ ਸਿਰ ਦੇ ਵਾਲ ਵੀ ਕਾਲੇ ਹੋ ਜਾਣਗੇ। ਲੈ, ਕਿਉਂ ਨਹੀਂ ਆਉਣਗੇ? ਹਾਂ ਸੱਚ, ਲੈ ਸਭ ਤੋਂ ਜ਼ਰੂਰੀ ਗੱਲ ਤਾਂ ਭੁੱਲ ਹੀ ਗਿਆ, ਤੁਸੀਂ ਹਫ਼ਤੇ 'ਚ 3 ਦਿਨ ਦਾੜੀ ਅਤੇ ਸਿਰ ਦੇ ਵਾਲਾਂ ਨੂੰ ਡਾਈ ਜ਼ਰੂਰ ਕਰਨੀ ਹੈ। ਹੈਂ? ਹਾਂ,